ਲੇਕਿਨ ਇਹ ਜਿਹੜੇ ਫੇਸਬੁੱਕਾਂ ਪੋਸਟਾਂ ਲਾਉਣੇ ਸਨ ਉਹਨੇ ਜ਼ਿਆਦਾ ਤਕਲੀਫ ਹੋ ਸੀ, ਲੇਕਿਨ ਹੁਣ ਪੋਸਟਾਂ ਲਾਓ ਨਾ ਅੱਛਾ ਉਹਨੇ ਅੱਗ ਸਾਓ ਤਾਂ ਫਿਰ ਜਿਲਦਾ ਲਾਲ ਪੋਸਟ ਲਓ ਜੀ ਅਸਾਂ ਅੱਗ ਸਾਣੇ ਸਾਏ ਹਾਂ ਅਤੇ ਚੰਗਾ ਕੰਮ ਕਰ ਲਈਆਂ ਤਾਂ ਫਿਰ ਮੈਂ ਵੀ ਖੁਸ਼ ਹੋਵਾਂ। ਛੇੜੀਆਂ ਨੇ ਸਾਰਾ ਕੁਝ ਜਿਹੜਾ ਇਹ ਕੁਛ ਕੀਤੀ ਤਾਂ ਬੇਵਕੂਫੀ ਹੈ। ਅੱਛਾ ਸਾਲਾ ਬੜਾ ਜਨਾਬ, ਇਸ ਟਾਈਮ ਮੈਂ ਆਪਣੇ ਘਰਾਂ ਕੋਲ ਹੀ ਹਾਂ, ਸੋ ਤਾਂ ਕਿਸੇ ਨੇ ਜਿਹੜੀ ਅੱਗ ਹੈ ਚੌਧਰੀ ਪਿੰਨੂ ਹੋਰਾਂ ਨਾਲ ਦਰੋਂ ਉਠਾਉਣਾ ਸੀ, ਇਹ ਤਾਂ ਇੱਥੇ ਵੀ ਚਾਹੀਦੀ ਹੈ। ਇਹ ਪਰ ਨਾਲ ਸੇਠ ਰਮਜ਼ਾਨ ਹੋਰਾਂ ਨਾਲ, ਸੋ ਤਾਂ ਕਿਸੇ ਇੱਥੇ ਆਏ ਧੂੰਆਂ ਜਾ ਅੱਗ ਇੱਥੇ ਆਈ ਗਈ ਹੈ ਤਾਂ ਮਜ਼ੀਦ ਅੱਗੇ ਚੁੱਲਿਆਂ, ਤੁਸੀਂ ਅੱਗੇ ਸੁਰਤਾਲ ਦੱਸ ਰਿਹਾ ਕਿ ਅੱਗ ਹੈ। ਸਲਾਮ ਅਲੈਕੁਮ ਮਾੜੇ ਫਿਰ ਮਾੜੇ ਫਿਰ, ਉਮੀਦ ਕਰਾਂ ਸਾਡੇ ਸੋ ਮੈਂ ਰਹਿੰਦੀ ਮਾਂ ਇਸ ਟਾਈਮ ਮੈਂ ਜਿਸ ਕਿ ਆਪਣੇ ਰਾਜਧਾਨੀ ਇਲਾਕੇ 'ਚ ਹੀ ਆ, ਲੇਕਿਨ ਜਿਸ ਜਗ੍ਹਾ ਮੈਂ ਖਲ ਤਾਂ ਇਸ ਜਗ੍ਹਾ ਕਿ ਆਪਣੇ ਢਾਰੀ ਨਾ ਇਲਾਕਾ ਜੰਗਲ ਹੈ ਸਾਲਾ ਇੱਥੇ, ਲੇਕਿਨ ਹੈ ਕਿ ਇੱਥੋਂ ਕਿਸੇ ਕਾਫੀ ਥਾ ਕੁਛ ਬੰਦੇ ਅੱਗ ਲਾਈ ਛੋੜੀ ਹੈ, ਲੇਕਿਨ ਹੈ ਕਿ ਮੈਂ ਉਸ ਵਿੱਚ ਤਾਂ ਕੋਈ ਗਲਤ ਜਿਸ ਕਿ ਅਲਫਾਜ਼ ਅਤੇ ਇਸ ਮੈਂ ਵੀਡੀਓ ਮੈਂ ਯੂਜ਼ ਨਾ ਸਕਾਂ, ਲੇਕਿਨ ਮੈਂ ਇਤਨਾ ਜ਼ਰੂਰ ਆਸਾਂ ਅਗਰ ਕੋਈ ਬੰਦਾ ਬਗੈਰਤ ਹੈ ਉਹ ਬਹੁਤ ਬੜਾ ਬਗੈਰਤ ਹੈ ਜਿਸ ਬੰਦੇ ਅੱਗ ਲਾਈ ਇੱਥੇ। ਮੈਂ ਤਾਂ ਕਿਹਾ ਕਿ ਮੈਂ ਫੋਟੋ ਤੱਕ ਵਟਸਐਪ ਗਰੁੱਪ ਹੈ ਅਤੇ ਮੈਂ ਪਤਾ ਲੱਗਾ ਅਤੇ ਮੈਂ ਥੋੜ੍ਹਾ ਬਾਹਰ ਸਾਂ ਅਤੇ ਮੈਂ ਉੱਥੋਂ ਫੋਟੋ ਫਾਟ ਨਹੀਂ ਤਾਂ ਪਹੁੰਚਿਆ ਕਿ ਮੈਂ ਜੁਲਾਂ ਚਲੋ ਭੈਣਾਂ ਭਰਾ ਦੱਸਿਆ, ਲੇਕਿਨ ਬਹੁਤ ਬੜਾ ਬਗੈਰਤ ਬੰਦਾ। ਸੋ ਭੈਣਾਂ ਵੀ ਮੈਂ ਗੁਜ਼ਾਰਿਸ਼ ਕਰਸਾਂ ਕਿ ਵੀਡੀਓ ਜ਼ਿਆਦਾ ਸ਼ੇਅਰ ਕਰ, ਉਸ ਬਗੈਰਤਾ ਗੱਲ ਪਹੁੰਚਿਆ ਉਸ ਕਿ ਮੈਂ ਆਉਣਾ ਚਾਹੁੰਦਾ ਇਹ ਕਿਆ ਕੀਤਾ ਤੂੰ ਹਾਲੀ ਜਿਹੜਾ ਆਪਣੇ ਮਾਲਿਆ ਵਾਸਤੇ ਬੱਕਰੀਆਂ ਵਾਸਤੇ ਜਿਹੜਾ ਤੂੰ ਉਹੀ ਤਾਂ ਕੀਤਾ ਕਿ ਥੋੜ੍ਹਾ ਜੰਗਲ ਸਾੜਾ ਘਾਹ ਮੋਲ ਸੀ ਨਵਾਂ, ਲੇਕਿਨ ਤੂੰ ਖੁਦਾ ਵਾਲੇ ਬੰਦੇ ਇਹ ਤੱਕ ਤੂੰ ਅੱਗ ਲਾਈ ਤਾ ਜਿਸ ਕਿ ਪਲਾਣ ਨੱਕਾ ਇਸ ਟਾਈਮ ਅੱਗ ਕ੍ਰਾਸ ਕਰਨੀ ਪਿਆ, ਤੂੰ ਸ਼ਰਮ ਹੋਣੀ ਚਾਹੀਦੀ ਹੈ ਬੰਦਿਆਂ ਕਿ ਤੂੰ ਇਹ ਕੰਮ ਕੀ ਅਜੇ ਕੀਤਾ। ਲੇਕਿਨ ਇਹ ਕਿ ਇਤਨੀ ਜ਼ਿਆਦਾ ਗਰਮੀ ਹੈ ਇਸੇ ਮਾਸਾ ਵੀ ਜਿਸ ਕਹਿੰਦੇ ਮੈਂ ਰੁਕਣਾ ਪਿਆ, ਇਤਨੀ ਜ਼ਿਆਦਾ ਇੱਥੇ ਸੇਕ ਹੈ ਮੈਂ ਆਇਆ, ਚਲੋ ਮੈਂ ਸੋ ਭੈਣਾਂ ਭਰਾਵਾਂ ਦੱਸਣਾ ਅਤੇ ਬਾਕੀ ਗੁਜ਼ਾਰਿਸ਼ ਕਰਾ ਸਬਸਕ੍ਰਾਈਬ ਕਮੈਂਟ ਬਾਕਸ ਦੀ ਬਾਸ ਤੁਸੀਂ ਮਾੜੀ ਵੀਡੀਓ ਕੀ ਲੈਣੀ ਹੈ, ਲੇਕਿਨ ਇਹ ਕਿ ਅਗਰ ਕਿਸੇ ਮਾੜੀ ਗੱਲ ਬੁਰੀ ਕੋਈ ਲੱਗੀ ਮੈਂ ਜ਼ਰੂਰ ਮਾਫੀ ਚਾਹਤਾ, ਲੇਕਿਨ ਇਹ ਕਿ ਉਸ ਬਗੈਰਤਾ ਕਿ ਮੈਂ ਪੈਗਾਮ ਦੇਣਾ ਚਾਹੁੰਦਾ ਅਗਰ ਤੂੰ ਮੀ ਲੱਭੀ ਜਾਏ ਤਾਂ ਤੂੰ ਮੈਂ ਇਤਨਾ ਘਸੀਟਾਂ ਨਾ ਕਿ ਤੂੰ ਪੂਰੀ ਜ਼ਿੰਦਗੀ ਯਾਦ ਰੱਖੇ ਕਿ ਮੈਂ ਕੀਤਾ ਕਿਆ। ਲੇਕਿਨ ਅੱਜ ਮੈਂ ਵੀਡੀਓ 'ਚ ਕਦੇ ਕਾਫੀ ਵੀਡੀਓ ਪਈ ਜਿਵੇਂ ਮੈਂ ਕਦੇ ਅਲਫਾਜ਼ ਯੂਜ਼ ਨਹੀਂ ਕੀਤਾ, ਲੇਕਿਨ ਮੈਂ ਮਜਬੂਰਨ ਕਰਨਾ ਪੈ ਗਿਆ ਕਿ ਮੈਂ ਵੀਡੀਓ ਤੱਕ ਹੀ ਤੋਤੇ ਨੇ ਬੱਚੇ ਛੋਟੇ ਛੋਟੇ ਮੈਂ ਸੜੇ ਤੱਕ, ਲੇਕਿਨ ਇਹ ਕਿ ਇੱਥੇ ਸਾਡੇ ਬੰਦੇ ਏਸ਼ੀਅਨ ਧਾਰਾ ਮੈਂ ਉਹ ਬਾਇਆ ਉਹਨਾਂ ਕਿ ਇੱਥੇ ਛੋਟੇ ਛੋਟੇ ਮੋਰਿਆਂ ਨੇ ਬੱਚੇ, ਇਸ ਟਾਈਮ ਜਿਹੜੀ ਜੁਨੂੰ ਤਾਦਾਦ ਸੀ ਕਾਫੀ ਜ਼ਿਆਦਾ ਤਾਦਾਦ ਸੀ, ਉਸ ਤੋਂ ਬਾਅਦ ਹਿਰਨੀਆਂ, ਉਸ ਤੋਂ ਬਾਅਦ ਜਿਹੜੇ ਬੰਦ ਕੁੱਕੜ ਹੋਣੇ ਉਹਨੇ ਅਜੇ ਉੱਪਰ ਪਹਾੜਾਂ 'ਚ ਅੱਗ ਲੱਗਣੀ ਵੀ ਇੱਧਰ ਨਸੇ ਐਸ ਕਿਧਰ ਅੱਗ ਨਹੀਂ ਸੀ ਲੱਗਣੀ, ਲੇਕਿਨ ਇਸ ਟਾਈਮ ਬਿਲਕੁਲ ਮੈਂ ਉਹ ਚੀਜ਼ਾਂ ਸੜੀ ਗਈਆਂ। ਲੇਕਿਨ ਇਹ ਕਿ ਸਾਡੇ ਜੰਗਲ ਦੀਆਂ ਨਿਆਬ ਚੀਜ਼ਾਂ ਜਿਹੜੀਆਂ ਇੱਥੇ ਸਨ, ਲੇਕਿਨ ਇਸ ਨਾਲ ਖੂਬਸੂਰਤੀ ਬੰਨੀ ਲੈ ਸੁਬਹਾ ਬੋਲਣ, ਲੇਕਿਨ ਇਤਨੀ ਪਿਆਰੀ ਆਵਾਜ਼ ਇਹਨਾਂ ਨਹੀਂ ਸੀ, ਲੇਕਿਨ ਉਸ ਬਗੈਰ ਦੇ ਇਨਸਾਨ ਕੀ ਸ਼ਰਮ ਹੋਣੀ ਚਾਹੀਦੀ ਹੈ ਕਿ ਇਹ ਮੈਂ ਕਿਆ ਕੀਤਾ। ਲੇਕਿਨ ਇਹ ਕਿ ਵੀਡੀਓ ਜ਼ਰੂਰ ਪਾਣੀ ਭੈਣਾਂ ਭਰਾ ਉਸੀ ਸ਼ੇਅਰ ਕਰ ਸੋ, ਅੱਗੇ ਕਦੇ ਇਸ ਮੈਂ ਗੁਜ਼ਾਰਿਸ਼ ਨਹੀਂ ਕੀਤੀ ਜਿੱਥੇ ਭੈਣਾਂ ਭਰਾ ਮੇਰੇ ਤੱਕੜੇ ਨੇ, ਪਲੀਜ਼ ਜ਼ਿਆਦਾ ਵੀਡੀਓ ਸ਼ੇਅਰ ਕਰ ਸੋ। ਲੇਕਿਨ ਇਹ ਕਿ ਅੱਲਾਹ ਤਾਲਾ ਅੱਗੇ ਮੈਂ ਦੁਆ ਕਰਨਾ ਕਿ ਅੱਲਾਹ ਜੀ ਕਿ ਇਹ ਜਿਹੜੀ ਅੱਗ ਹੈ ਇਹ ਜਲਦੀ ਇੱਥੇ ਖਤਮ ਹੋ ਜਾਏ, ਅੱਗੇ ਮਜ਼ੀਦ ਜਿੰਨੀ ਜਾਸੀ। ਲੇਕਿਨ ਇੱਕ ਚਿਮਟੀ ਨਾਲ ਵੀ ਉਸ ਬੰਦੇ ਕੀ ਹਿਸਾਬ ਦੇਣਾ ਪੈਸੀ, ਜੇ ਚਿਮਟੀ ਸੜੀ ਗਈ ਹੈ ਉਹ ਵੀ ਅੱਲਾਹ ਤਾਲਾ ਕੋਈ ਫਾਲਤੂ ਨਹੀਂ ਬਣਾਈ ਵੀ ਤਾਂ ਕੋਈ ਅਸਾਂ ਰੋਟੀ ਖਾਣਾ ਅਗਰ ਭੋਰਾ ਟੇਜ ਨਾ, ਸੋ ਗੌਰ ਕਰੋ ਕਿ ਉਹ ਚਿਮਟੀ ਉਹ ਨਿੱਕਾ ਜਿਹਾ ਭੋਰਾ ਵੀ ਚਾਹੀ ਖੜ ਸੀ। ਲੇਕਿਨ ਇਹ ਕਿ ਅੱਲਾਹ ਤਾਲਾ ਕੋਈ ਚੀਜ਼ ਇਸ ਤਰ੍ਹਾਂ ਫਾਲਤੂ ਨਹੀਂ ਬਣਾਈ, ਲੇਕਿਨ ਉਸ ਬੰਦੇ ਕਿਆ ਸੋਚਿਆ ਉਸ ਕਿ ਮੈਂ ਅੱਗ ਲਾਸਾਂ ਤਾਂ ਮੈਂ ਕਿਆ ਫਾਇਦਾ ਸੀ, ਲੇਕਿਨ ਉਸ ਕਿਆ ਫਾਇਦਾ ਹੋਇਆ ਉਸ ਮੈਂ ਸਮਝਾ ਮਾਰਸ ਵੀ ਕੋਈ ਫਾਇਦਾ ਨਹੀਂ, ਲੇਕਿਨ ਉਸ ਬਹੁਤ ਬੜਾ ਜਿਸ ਕਹਿਣ ਜੇਲ ਵਾਲਾ ਕੰਮ ਕੀਤਾ ਔਰ ਪੂਰਾ ਜੰਗਲ ਇੱਕ ਸਾੜੀ ਹੋਇਆ। ਇਹ ਸਾਡੀ ਰਾਜਧਾਨੀ ਬੜੀ ਖੂਬਸੂਰਤੀ ਸੀ, ਲੇਕਿਨ ਇਸ ਟਾਈਮ ਇਤਨੀ ਜ਼ਿਆਦਾ ਗਰਮੀ ਹੈ, ਇਤਨੀ ਜ਼ਿਆਦਾ ਗਰਮੀ ਹੈ ਕਿ ਜਿਹੜਾ ਮੂੰਹ ਹੈ ਇਹ ਮਾੜਾ ਇਹ ਵੀ ਸੰਨਾ ਪਿਆ ਕਿ ਸੇਕ ਲੱਗਣਾ ਪਿਆ ਮੇਰੀ ਅੱਖਾਂ ਸੰਨੀਆਂ ਪਈਆਂ। ਲੇਕਿਨ ਇਹ ਆ ਕਿ ਮੈਂ ਹੈ ਚਲੋ ਤੁਸੀਂ ਭੈਣਾਂ ਮਰੋਗ ਦੱਸਾਂ, ਲੇਕਿਨ ਇਹ ਕਿ ਇਸ ਟਾਈਮ ਜਿਹੜੀ ਅੱਗ ਹੈ ਚੱਲ ਹਾਲਕ ਔਰ ਦਰੂਠ ਹੈ, ਇਸ ਟਾਈਮ ਇੱਧਰ ਅੱਗ ਚੜੀ ਉੱਪਰ ਪਲਾਣੀ ਨੱਕੇ ਪਰ ਅੱਗ ਪਹੁੰਚੀ ਗਈ ਹੈ, ਮਜ਼ੀਦ ਅੱਗ ਅੱਗੇ ਜਾਣੀ ਪਈ ਹੈ। ਲੇਕਿਨ ਇਹ ਕਿ ਇਸ ਟਾਈਮ ਬਿਲਕੁਲ ਸੋਕੀ ਸੀ ਅਤੇ ਜੂਈ ਹਵਾ ਪੈਣੀ ਹੈ, ਬਿਲਕੁਲ ਅੱਗ ਤੇਜ਼ ਹੋਣ ਜਿਹੜੀ ਹੈ, ਉਸ ਤੋਂ ਬਾਅਦ ਇਹ ਦਰੂਠ ਜਿਹੜਾ ਸਾਡੀ ਰਾਜਧਾਨੇ ਬੰਦੇ ਨਾ ਦਰੂਠ ਹਨ ਜਿੱਦਾਂ ਮੇਰੇ ਖਿਆਲ ਤੇ ਇਹ ਵੀ ਰਾਜਧਾਨੇ ਬੰਦੇ ਦਰੂਠ, ਉਸ ਤੋਂ ਬਾਅਦ ਕਿਹਾ ਮਜ਼ੀਦ ਅੱਗੇ ਕਿ ਹਰ ਇੱਕ ਬੰਦੇ ਨਾਲ ਆਪਣਾ ਬਾਈਕ ਏਰੀਆ ਢੱਕਿਆ ਸੀ। ਲੇਕਿਨ ਇਹ ਕਿ ਵੀਡੀਓ ਬਣਾਉਣ ਮਕਸਦ ਹੈ ਕਿ ਜਿਤਨਾ ਬੰਦੇ ਅਜੇ ਅੱਗ ਲਾਉਣੇ ਅੱਗ ਨਾਲ ਲਾਇਆ ਕਰੋ, ਜੰਗਲ ਸਾਨਿਆਂ ਨੂੰ ਸਿੱਖਤ ਨਾਲ ਫਾਇਦਾ ਹੋ ਜਾਣਾ ਸੀ। ਲੇਕਿਨ ਇਹ ਕਿ ਇੱਥੇ ਤੱਕ ਬੂਟੇ ਸਨ, ਪਲਾਈ ਨੇ ਸਨ, ਜੰਡੀਆਂ ਨੇ, ਉਸ ਤੋਂ ਬਾਅਦ ਖਜੂਰਾਂ ਨੇ ਬੁਦਰਾ ਸਨ, ਅਤੇ ਲੇਕਿਨ ਇਹ ਕਿ ਉਸ ਤੋਂ ਬਾਅਦ ਕਾਫੀ ਤਾਦਾਦ ਦੇ ਦਰਖਤ ਜਿਹੜੇ ਸਨ ਉਹ ਵੀ ਸੜੀ ਗਏ। ਲੇਕਿਨ ਇਹ ਕਿ ਹਰ ਇੱਕ ਚੀਜ਼ ਨਾਲ ਉਸ ਬੰਦੇ ਕੀ ਹਿਸਾਬ ਦੇਣਾ ਪਏ ਸੀ, ਮਾੜੀ ਨਜ਼ਰੀ ਅੰਦਰ ਹੀ ਹੈ ਕਿ
ਉਹ ਬੰਦਾ ਤਾਂ ਨੇਕ ਤਾਂ ਨਹੀਂ ਹੋਏ ਚੰਗਾ ਜਿਹੜਾ ਇਹ ਬੰਦਾ ਕੰਮ ਕਰਨਾ, ਜਹਿਲ ਬੰਦਾ ਹੀ ਅਜੇ ਕੰਮ ਕਰ ਸੀ, ਪੜ੍ਹਿਆ ਲਿਖਿਆ ਬੰਦਾ ਉਹ ਕੰਮ ਨਹੀਂ ਕਰਨਾ। ਲੇਕਿਨ ਇਹ ਕਿ ਮੈਂ ਆਉਣਾ ਕਿ ਅੱਗ ਜਿਹੜੀ ਹੈ ਰੈਦਾਣੀ ਵਿੱਚੋਂ ਸਟਾਰਟ ਹੋਈ ਹੈ, ਕੋਗੂ ਵਿੱਚੋਂ ਸਟਾਰਟ ਨਹੀਂ ਹੋਈ। ਲੇਕਿਨ ਇਹ ਕਿ ਇਸ ਏਰੀਏ ਨੇ ਕਿਸੇ ਬੰਦੇ ਅੱਗ ਲਾਈ ਹੈ, ਲੇਕਿਨ ਬਹੁਤ ਬੜਾ ਬਗੈਰਤ ਬੰਦਾ, ਔਰ ਉਸਕੀ ਗੈਰਤ ਹੋਣੀ ਚਾਹੀਦੀ। ਉਸ ਮਾਂ ਪਿਓ ਕਿ ਮੈਂ ਪੈਗਾਮ ਦੇਣਾ ਕਿ ਆਪਣੇ ਧੀਆਂ ਪੋਤਰਾਂ ਕੀ ਔਰ ਬੱਚਿਆਂ ਕੀ ਜਿਹੜੇ ਇਹ ਅਜੇ ਕੰਮ ਕਰਨੇ ਹਨ, ਤਾਂ ਉਹਨਾਂ ਕੀ ਸਮਝਾਓ ਕਿ ਅੱਗ ਨਾ ਲਾਇਆ ਕਰੋ। ਲੇਕਿਨ ਇਸ ਟਾਈਮ 'ਚ ਤਾਂ ਕਿਸੇ ਨੇ ਕਿ ਬਹੁਤ ਜ਼ਿਆਦਾ ਜੰਗਲ ਤਬਾਹ ਹੋ ਗਿਆ, ਮਾੜੇ ਕੋਲ ਅਲਫਾਜ਼ ਵੀ ਜ਼ਿਆਦਾ, ਕੋਈ ਨਹੀਂ ਕਿ ਮੈਂ ਕੁਝ ਬਾਈ ਸਕਾਂ। ਲੇਕਿਨ ਇਸ ਟਾਈਮ ਮੈਂ ਅੱਖਾਂ ਵਿੱਚ ਮਾੜੇ ਵਿੱਚ ਅਥਰੋ ਆਏ ਕਿ ਮੈਂ ਜਿਹੜਾ ਫੋਟੋ ਤੱਕਿਆ ਵਟਸਐਪ ਪਰ ਮੈਂ ਛੋਟੇ ਛੋਟੇ ਤੋਤੇ ਦੇ ਬੱਚੇ, ਲੇਕਿਨ ਉਹਨੇ ਮੈਂ ਸੰਨਿਆ ਤੱਕਿਆ, ਉਸ ਤੋਂ ਬਾਅਦ ਮਾੜਾ ਵੇ ਵੀ ਇਨਸਾਨ ਆ। ਲੇਕਿਨ ਇਹ ਕਿ ਮੈਂ ਚੀਜ਼ਾਂ ਬੁੱਝ ਦਾ ਪਿਆਰ ਕਰਨਾ, ਕਿ ਮੈਂ ਦਰਖਤ ਨਾਲ ਬੁੱਝ ਦਾ ਪਿਆਰ ਕਰਨਾ, ਕਿ ਮੈਂ ਜਿੱਥੇ ਆਪਣਾ ਮਤਲਬ ਰਹਿਣਾ ਜਾਂ ਉੱਥੇ ਮੈਂ ਕਰਨਾ, ਉੱਥੇ ਮੈਂ ਪੌਦੇ ਲਾਉਣਾ। ਲੇਕਿਨ ਵੀ ਸ਼ੌਕ ਵੀ ਆ ਔਰ ਮੈਂ ਚੰਗਾ ਵੀ ਲਾਉਣਾ, ਮੈਂ ਇਹ ਚੀਜ਼ਾਂ ਕੀ ਬੁੱਝਦਾ ਪਸੰਦ ਕਰਨਾ। ਮੈਂ ਸੁਬਹਾ ਉੱਠਣਾ ਆ ਘਰ, ਤਾਂ ਮੈਂ ਇੱਕ ਰੱਖਿਆ ਬਰਤਨ ਪਾਣੀਆਂ ਨਾਲ, ਮੈਂ ਸੁਬਹਾ ਉੱਠਣਾ, ਮੈਂ ਠੰਡਾ ਪਾਣੀ ਉਸ ਅੰਦਰ ਪਾਉਣਾ ਕਿ ਚਿੜੀਆਂ ਸੁਬਹਾ ਦਿਹਾੜੀ 'ਚ ਗਰਮੀ ਹੋਣੀ ਹੈ ਪਾਣੀ ਪੀਣ। ਲੇਕਿਨ ਬਾਜਰਾ ਉਹਨਾਂ ਕੀ ਪਾਉਣਾ। ਲੇਕਿਨ ਯਾਰ ਖੁਦਾ ਕੇ ਬੰਦੇ ਕੈਸੇ ਲੋਕ ਹਨ ਜਿਹੜੇ ਇਤਨਾ ਇਹ ਦਿਲ ਰੱਖੀ ਤਾਂ ਅੱਜ ਕੰਮ ਕਰ ਸਕਣ। ਲੇਕਿਨ ਇਹ ਤਾਂ ਮੀਂਹ ਤਾਂ ਬਹੁਤ ਜ਼ਿਆਦਾ ਅਫਸੋਸ ਹੋਣਾ ਪਿਆ। ਲੇਕਿਨ ਇਹ ਮਾੜੇ ਅੱਖਾਂ ਤੁਸੀਂ ਕੋਈ ਮੈਂ ਦਿਖਾਵਾ ਨਾ ਕਰੀ ਰਿਹਾ ਇਸ ਟਾਈਮ। ਲੇਕਿਨ ਇਹ ਕਿ ਮੀਂਹ ਕਿ ਸੱਚੀ ਦਿਲੋਂ ਦੁੱਖ ਹੋਣਾ ਪਿਆ, ਮਾੜੇ ਕੋਲ ਅਲਫਾਜ਼ ਵੀ ਕੋਈ ਨਹੀਂ, ਮੈਂ ਸੋ ਭੈਣਾਂ ਭਰਾਵਾਂ ਦੱਸਾਂ। ਲੇਕਿਨ ਇਹ ਕਿ ਇਸ ਟਾਈਮ ਉਹ ਚੀਜ਼ਾਂ ਜਿਹੜੀਆਂ ਨਾ ਸੜੀ ਗਈਆਂ, ਉਹ ਅੱਲਾ ਕੇ ਫਰਿਆਦ ਕਰ ਸਕਦੀਆਂ ਔਰ ਸਕੇ ਸਾਲੇ ਬਸਾਂ ਹੀ ਤਾਂ ਕੋਈ ਨਹੀਂ ਜੇ ਆਸਾਂ ਮੈਂ ਜੰਗਲ ਜੇ ਸਾਈ ਸਕਾਂ। ਲੇਕਿਨ ਇਹ ਕਿਤੇ ਜ਼ਿਆਦਾ ਅੱਗੇ ਕਿ ਬਹੁਤ ਜ਼ਿਆਦਾ ਹਵਾ ਵੀ ਚੱਲੀ ਰਹੀ ਹੈ ਔਰ ਗਰਮੀ ਬਹੁਤ ਜ਼ਿਆਦਾ, ਸੇਹ ਕੀ ਬਹੁਤ ਜ਼ਿਆਦਾ ਇੱਥੇ। ਲੇਕਿਨ ਇਹ ਅਗਰ ਬੰਦਾ ਮਾੜੇ ਕੋਲ ਆ ਜਾਏ, ਉਸਕੀ ਮੈਂ ਸੇ ਥੋੜ੍ਹਾ ਲੈਟ ਰਹਿਣਾ, ਅਗਰ ਪਿਆਰੇ ਮੈਂ ਸੇਹ ਕਰਾਂ, ਉਹ ਬੰਦਾ ਆਪਣੀ ਨਸਲਾਂ ਹੀ ਸਮਝਾਇਆ ਸੀ ਕਿ ਅੱਗ ਨਹੀਂ ਲਾਉਣੀ, ਅਤੇ ਬਾਕੀ ਅਮੀ ਕਿ ਜ਼ਰੂਰ ਗਲਤੀ ਵੀ ਮੈਂ ਜ਼ਰੂਰ ਮਾਫ਼ ਕਰਿਆ। ਲੇਕਿਨ ਇਹ ਮਾੜੇ ਬੱਸਾਂ 'ਚ ਬਾਹਰ ਹੋ ਗਿਆ ਅੱਜ, ਤਾਂ ਮੈਂ ਸਾਰੇ ਭੈਣਾਂ ਭਰਾਵਾਂ ਕੋਲ ਮਾਫ਼ੀ ਚਾਹੁੰਦਾ। ਲੇਕਿਨ ਇਹ ਕਿ ਮੈਂ ਘਰ ਆਪਣੇ ਜਿਹੜੇ ਨਾ ਉੱਥੇ ਇੱਕ ਰੱਖਿਆ ਪਰਿੰਦੇ ਪਾਣੀ ਬਾਅਦ, ਸੋ ਭੈਣਾਂ ਭਰਾ ਇਸਾ ਕਰਿਆ ਕਰੋ, ਆਪਣੀ ਛੱਤਾਂ ਪਰ ਜਾਂ ਛਾਵਾਂ ਤੱਕਿਆ ਕਰੋ, ਅਤੇ ਪਰਿੰਦੇ ਪਾਣੀ ਛੋੜੇ ਬਹਿ ਕਰੋ, ਇਹਨੇ ਪਾਣੀ ਬਣਨ ਨਾਲ ਬਹੁਤ ਬੜਾ ਸਵਾਬ ਹੈ, ਤਾਂ ਇਹ ਚੀਜ਼ਾਂ ਨਾਲ ਅੱਲਾ ਤਾਲਾ ਅਜਰ ਦੇਣੇ। ਲੇਕਿਨ ਹਮੇਸ਼ਾ ਸੱਚ ਬੋਲਿਆ ਕਰੋ ਔਰ ਸੱਚ ਸਪੋਰਟ ਕਰਿਆ ਕਰੋ ਕਿ ਬੰਦੇ ਤਾਂ ਮਾੜਾ ਬੜਾ ਇਤਰਾਜ਼ ਵੀ ਕਰਨੇ, ਅਤੇ ਲੇਕਿਨ ਮੈਂ ਕਦੇ ਝੁਕਣਾ ਨਾ, ਮੈਂ ਸੱਚ ਬੋਲਿਆ, ਕਦੇ ਮੈਂ ਨਾ ਲੱਫਣ ਲੱਗਾ, ਮੈਂ ਸੱਚ ਜਿਹੜਾ ਮੁੰਡੀ 'ਚ ਇਹਦੇ ਬੋਲ ਸਾਂ। ਲੇਕਿਨ ਇਹ ਕਿ ਬਿਲਕੁਲ ਮਾੜਾ ਦਿਲ ਜਿਸ ਕਹਿਣਾ ਅੱਜ ਬੇਜਾਨ ਹੋ ਗਿਆ ਕਿ ਮੈਂ ਇਹ ਜੰਗਲ ਤੱਕਿਆ, ਕਿ ਮੈਂ ਇੱਥੇ ਆਖਿਆ ਉਸ ਲੱਕੜੀ ਖੰਨੇ ਛੇ ਸਾਂ, ਬੱਕਰੀਆਂ ਆਨੇ ਸਾਂ ਸਾਂ ਔਰ ਮੰਜੀ ਮਾਲਾ ਸਾਂ ਕਾ ਕੱਪੇ ਖੰਨੇ ਸਾਂ। ਲੇਕਿਨ ਇਸ ਟਾਈਮ ਜਿਸ ਕਹਿੰਦੇ ਕਬਰਸਤਾਨ ਹੀ ਕਿਸਮ ਬਣੀ ਗਿਆ। ਮੈਂ ਕਿ ਦਿਓ ਇਜਾਜ਼ਤ ਹੈ, ਅੱਗੇ ਤੋਂ ਕੁਛ ਵੀਡੀਓ ਨੇ ਕਿਹਾ ਸੂਰਤ ਵਾਲਾ, ਅਤੇ ਨੈਕਸਟ ਵੀਡੀਓ ਲਾਜ਼ਮੀ ਗੁਜ਼ਾਰ ਕਰ ਸੋ। ਲੇਕਿਨ ਇਹ ਕਿ ਭੈਣਾਂ ਭਰਾ ਮੈਂ ਗੁਜ਼ਾਰਿਸ਼ ਕਰ ਸਕਦਾ ਸਾਥ ਦੀ ਸਪੋਰਟ ਪਲੀਜ਼ ਜ਼ਿਆਦਾ ਕਰਿਆ ਕਰੋ, ਅਤੇ ਬਾਕੀ ਜ਼ਿੰਦਗੀ ਨੇ ਪਤਾ ਕੋਈ ਨਹੀਂ, ਅੱਜ ਹੈ ਤਾਂ ਕੱਲ੍ਹ ਕੋਈ ਨਹੀਂ, ਤਾਂ ਕਿਸੇ ਨੇ ਕਿ ਜਿਹੜਾ ਇਹ ਜੰਗਲ ਸੜੀ ਗਿਆ, ਮਿੰਟੋ ਮਿੰਟ ਨਹੀਂ ਖੇਡ ਹੈ, ਅਤੇ ਜ਼ਿੰਦਗੀ ਜਿਹੜੀ ਆ ਉਹਨੇ ਕਿ ਸਕਿੰਟ ਤੋਂ ਸਕਿੰਟ ਜਾਂ ਅੱਖ ਚਪਕਣੇ ਦੇਰ ਹੋਣੀ ਹੈ ਤਾਂ ਬੰਦਾ ਲਾਣ ਵਾਲਾ ਜਾਂ। ਲੇਕਿਨ ਇਹ ਕਿ ਇਹ ਤਾਂ ਕਿਸੇ ਨੇ ਕਿਹਾ ਸਾਂ, ਆਪੋ ਭੈਣਾਂ ਭਰਾ ਜਨਾਬ ਇਸ ਟਾਈਮ ਮੈਂ ਆਪਣੇ ਘਰਾਂ ਕੋਲ ਹੀ ਹਾਂ, ਸੋ ਤਾਂ ਕਿਸੇ ਨੇ ਜਿਹੜੇ ਅੱਗ ਹੈ ਚੌਧਰੀ ਪਿੰਨੂ ਹੋਰਾਂ ਨਾਲ ਡਰੋਨ ਉਠਾਉਣਾ ਸੀ ਇਹ, ਤਾਂ ਇੱਥੇ ਵਿੱਚ ਆਈ ਗਈ ਹੈ ਇਹ ਪਰ ਨਾਲ ਸੇਠ ਰਮਜ਼ਾਨ ਹੋਰਾਂ ਨਾਲ, ਸੋ ਤਾਂ ਕਿਸੇ ਇੱਥੇ ਆਏ ਧੂੰਆਂ ਜਿਹਾ ਅੱਗ ਇੱਥੇ ਆਈ ਗਈ ਹੈ, ਤਾਂ ਮਜ਼ੀਦ ਅੱਗੇ ਚੁੱਲਿਆ ਤੁਸੀਂ ਅੱਗੇ ਸੁਰਤਾਲ ਦੱਸ ਰਿਹਾ ਕਿ ਅੱਗ ਹੈ ਜਨਾਬ ਇਸ ਟਾਈਮ। ਸੋ ਤਾਂ ਕਿਸੇ ਨੂੰ ਏ ਸੀ ਆਣੇ ਸਰ ਗਾਲਾ ਜਿਹੜੇ ਪਿੰਡਾਂ ਪਰਾਂ ਤੱਕ ਲੁੰਗ ਛੁੰਗਣੇ ਸੀ ਲੱਕੜੀ ਨੇ ਉਸ ਧਾਰਾ ਤੋਂ, ਤਾਂ ਅਸੀਂ ਆਣੇ ਸਰ ਗਾਲਾ ਠੀਕ ਹੈ, ਤਾਂ ਸੋ ਤਾਂ ਕਿਸੇ ਨੂੰ ਕਿ ਅੱਗ ਜਿਹੜੀ ਹੈ ਇਹਦੇ ਨੀਚੇ ਅੱਗ ਆਈ ਹੈ ਔਰ ਅੱਗ ਜਿਹੜੀ ਹੈ ਇਸ ਟਾਈਮ ਤੋਂ ਤਾਂ ਕਿਸੇ ਨੇ ਕਿਤਨਾ ਸ਼ੋਰ ਅੱਗੀ ਨਾ ਇਸ ਤਾਂ ਕਿਸੇ ਨੇ, ਤਾਂ ਇਹ ਜੰਗਲ ਜਿਤਨਾ ਸੀ ਸਾਰਾ ਇਹ ਸਾਰਾ ਸੜ ਕੇ ਬਿਲ ਪੌੜੀਆਂ ਨੇ ਇਹਦਾ, ਉਸ ਤੋਂ ਬਾਅਦ ਇਹ ਪਾਰ ਬਿਲ ਪੌੜੀਆਂ ਔਰ ਇੱਧਰ ਜਿਹੜਾ ਦਰੂਠ ਹੈ ਇਸ ਕਾਰਨ ਚਾਚਾ ਰਾਜੇ ਹੋਰਾਂ ਬਿੰਡੀ ਲੈਣ ਇਹ ਇਸ ਦਰੂਠ 'ਚ ਅੱਗ ਲੱਗੀ ਗਈ ਹੈ, ਅਤੇ ਇਸ ਟਾਈਮ ਅੱਗ ਬਹੁਤ ਜ਼ਿਆਦਾ ਜਿਸ ਕਿ ਅੱਗੀ ਨੇ ਸ਼ੋਰ ਹੈ, ਸੋ ਪਰਿੰਦਿਆਂ ਨੂੰ ਆਵਾਜ਼ ਸੁਣੀ ਰਹੇ ਸੋ। ਲੇਕਿਨ ਇਹ ਕਿ ਤੱਕੋ ਅੱਗ ਜਿਹੜੀ ਇੱਕ ਤਨੀ ਜ਼ਿਆਦਾ ਲੱਗੀ ਗਈ ਹੈ, ਉੱਧਰ ਨੀਚੇ ਜਿਹੜਾ ਕਬਰਸਤਾਨ ਹੈ ਅੱਜ ਸਾਦਕ ਹੋਰਾਂ ਕਬਰਸਤਾਨ ਹੈ, ਜੀ ਅੱਗ ਤੱਕੋ ਉੱਥੇ
ਹਾਂ ਉੱਥੇ ਜੀ ਗਈ ਵੀ ਹੈ, ਲੇਕਿਨ ਉਸ ਤੱਕ ਕੀ ਸਮਝਿਆ ਕਿ ਬਿਲਕੁਲ ਕੋਈ ਬੂਟਾ ਇੱਥੇ ਨਹੀਂ ਬਚਿਆ, ਜਿਹੜਾ ਬੂਟੇ ਸੜੀ ਗਏ ਇੱਥੇ, ਚੀਜ਼ਾਂ ਜਿਤਨੀਆਂ ਹੋਈਆਂ ਸਨ, ਪਰਿੰਦੇ ਹੋਏ ਸਨ, ਕਦ ਚੀਜ਼ਾਂ ਹੋਈਆਂ, ਸਾਰੀਆਂ ਚੀਜ਼ਾਂ ਸੜੀ ਗਈਆਂ। ਉਸ ਤੱਕ ਕੀ ਸਮਝਿਆ ਕਿ ਬਿਲਕੁਲ ਜੰਗਲ ਜਿਹੜਾ ਸੀ ਇਸਦੀ ਕਹਿਲਾਤ ਹੋਈ ਗਈ। ਇਹ ਅੱਗ ਜਿਹੜੀ ਹੈ ਇੱਥੋਂ ਲੱਗੀ ਤਾਂ ਉੱਪਰ ਗਈ ਸੀ ਹੈ, ਤਾਂ ਕਿਸੇ ਨੇ ਮਜ਼ੀਦ ਅੱਗੇ ਜੁਲਨੇ ਉਸ ਨਾਲ ਲੱਗੇ। ਨਹੀਂ ਕੰਮ ਕਰਨਾ ਹੋਇਆ ਜਾਇਜ਼ ਬੰਦੇ ਜਿਹੜੇ ਹੋਏ ਕੰਮ ਕਰ ਰਹੇ, ਤਾਂ ਕਹਿ ਰਹੇ ਕਿ ਮੋਰ ਸੜੀ ਗਏ ਹੋਸਨ, ਤਿੱਤਰਾਂ ਦੇ ਬੱਚੇ ਸੜੀ ਗਏ ਹੋਸਨ, ਤਿੱਤਰ ਸੜੀ ਗਏ ਹੋਸਨ, ਸਭ ਕੁਝ ਪੁੱਜੀ ਗਏ ਹੋਈਆਂ ਸਨ। ਉਸ ਬਾਅਦ ਉਹ ਕੁੱਕੜ ਜਿਹੇ ਹੋਣੇ ਸੀ, ਬੰਦ ਕੁੱਕੜ ਜਿੰਨੇ ਹੋਣੇ, ਬੰਦ ਕੁੱਕੜ, ਹਾਂ ਬੰਦ ਕੁੱਕੜ ਗਏ। ਪਹਿਲੇ ਪਹਿਲੇ ਇਸਨੇ ਸੀ ਨਿਕਲੀ ਗਏ, ਤਾਂ ਫਿਰ ਬੱਚੀ ਜਾਣੇ ਪਿੱਛਾ, ਉਹ ਹਿਰਨਾਂ ਜੀਆਂ ਆਣੇ ਸਨ, ਉਹ ਵੀ ਗਈ ਸੜੀ ਗਏ ਹੋਸਨ। ਹਿਰਨਾਂ ਜੀ ਕਾ ਪਤਾ ਸਨ, ਨਹੀਂ ਸੁਣਿਆ ਸੀ, ਨਹੀਂ ਆਣੇ ਸੁਣਿਆ ਸੀ ਕਿ ਇਰਨਾ ਵੀ ਇੱਥੇ ਹੈ। ਅੱਛਾ ਇਰਨਾ ਵੀ ਅੱਗੇ ਭਾਈ ਹੋਰ ਆਣੇ, ਉਹਨਾਂ ਨੇ ਸਲਾਮ ਦੁਆ ਕਰਸਾਂ, ਲੇਕਿਨ ਚਾਚਾ ਰਾਣ ਆਣੇ ਨੇ ਕੋਈ ਤਾਂ ਨਹੀਂ ਤੱਕੇ ਨੇ, ਲੇਕਿਨ ਸੁਣਨੇ ਅੰਦਰ ਆਇਆ ਜਿਹੜੇ ਬੰਦੇ ਸ਼ਿਕਾਰ ਸ਼ਿਕਾਰ ਕਰਨੇ, ਸੁਣਾ ਹੈ ਇਰਨਾ ਵੀ ਥੀ ਹੁੰਦਾ ਜੰਗਲ ਜਰਾਬ ਤੱਕ ਕਿਸੇ ਨੇ ਕਿ ਸਾਰਾ ਕੁਝ ਸੜੀ ਗਿਆ। ਠੀਕ ਹੈ ਚਾਚਾ ਜੀ, ਮਿਹਰਬਾਨੀ, ਸ਼ੁਕਰੀਆ ਸੋਨਾ। ਇਹ ਤੱਕ ਕਿਸੇ ਨੇ ਜਨਾਬ ਕਹਿ ਹਾਲਾਤ ਵੀ ਕਿਹਾ ਸਨ ਕਿ ਜੰਗਲ ਕਿਸ ਤਰ੍ਹਾਂ ਹੈ, ਤੱਕ ਕਿਸੇ ਨੇ ਚਿੜੀਆਂ ਬੱਚੇ ਪਰਿੰਦੇ ਹਰ ਚੀਜ਼ ਇਸ ਟਾਈਮ ਸਾਰੇ ਸੜੀ ਗਏ। ਲੇਕਿਨ ਮੈਂ ਜੀ ਬੰਦਾ ਉਹ ਲੱਭੀ ਜਾ, ਅਗਰ ਮਿਕੀ ਤਾਂ ਆਪਣੀ ਨਸਲਾਂ ਵੀ ਬੰਦਾ ਉਹ ਸਮਝਾਈ ਜੇ ਸੀ ਆਈਏ ਜੀ ਗੱਲ, ਤਾਂ ਮੈਂ ਆਪਣੀ ਵੀਡੀਓ 'ਚ ਤਾਂ ਨਾ ਸਾ ਕਰਨਾ ਹੋਣਾ, ਲੇਕਿਨ ਅੱਜ ਮਜਬੂਰੀ ਬਣ ਕੇ ਮਾੜੇ ਕਰਨਾ ਕਿ ਮੈਂ ਲੈ ਤੱਕਣਾ ਪਿਆ, ਤਾਂ ਮਾੜੇ ਅੱਖਾਂ ਵਿੱਚ ਅੱਥਰੂ ਅਛਨੇ ਪੈਣ। ਸੋ ਤਾਂ ਕੀ ਸੜੇ ਹੋ ਕਿ ਇਹ ਦਰੂਣ ਸੀ ਜਨਾਬ, ਇਹ ਚੀੜਾਂ ਨੇ ਬੂਟੇ, ਸੋ ਤਾਂ ਕਿਸਨੇ ਹੋ ਜਿਹੜੇ ਇਹ ਵੀ ਸੜੀ ਗਏ। ਤੱਕੋ ਇਹ ਜਨਾਬ ਚੌਧਰੀ ਖਾਲਕ ਸਾਹਿਬ ਨਾਲ ਰੋਡ ਸੀ ਜਿਹੜਾ ਬਾਜ਼ਾਰ ਵਾਲੇ ਚੌਧਰੀ ਖਾਲਕ ਔਰ ਇਹ ਜਨਾਬ ਅੱਗੇ ਲਾਸ ਤੱਕ ਕਿਸੇ ਨੂੰ ਕਿ ਇਤਨਾ ਕਿਤਨਾ ਜ਼ੋਰ ਪੋੜਿਆ, ਇੱਥੇ ਕੈਚ ਕੋਈ ਚੀਜ਼ ਬਚੀ ਸਕਦੀ ਇਸਦੇ ਅੰਦਰ। ਲੇਕਿਨ ਅੱਜ ਸੌ ਭੈਣਾ ਭਰਾਵਾ ਉਸ ਬੰਦੇ ਸਾਹ ਦੁਆ ਕਰੋ ਕਿ ਅੱਲਾਹ ਤਾਲਾ ਉਸਕੇ ਅਦਾਏ ਦੇਣ, ਸਾਰੇ ਭੈਣਾਂ ਭਰਾਵਾ ਉਸ ਬੰਦੇ ਸਾਹ ਦੁਆ ਕਰੋ ਅੱਲਾਹ ਤਾਲਾ ਉਸਕੇ ਅਦਾਏ ਦੇਣ, ਤਾਂ ਅੱਗੇ ਥੋੜੇ ਕੰਮ ਨਾ ਕਰਾਏ। ਇਹ ਜਨਾਬ ਤੱਕ ਬਿਲਕੁਲ ਧੂੰਆਂ ਹੀ ਧੂੰਆਂ ਇਸ ਟਾਈਮ ਪੂਰੇ ਇਲਾਕੇ 'ਚ ਹੋਇਆ ਵਾ। ਅੱਗੇ ਸਮਾਨ ਰੂਟ ਜਿਹੜਾ ਆਉਣੇ ਮਸ਼ਹੂਰ ਹੋਣਾ ਸੀ ਉਸ ਪਾਸੇ ਅੱਗੇ ਅੱਗੇ ਚਾਹੀਦੀ ਹੈ। ਇਹ ਜਿਹੜਾ ਚਾਹ ਹਲਕਾ ਰੂਠੇ ਅੱਗ ਲੱਗੀ ਵੀ ਹੈ, ਉਹਦਾ ਕਿਸੇ ਨੇ ਕਿਤਨਾ ਜ਼ਿਆਦਾ ਇੱਧਰ ਅੱਗ ਪਾਈ ਵੀ ਹੈ, ਲੇਕਿਨ ਉਸਦਾ ਕਹਿ ਸਕਦੇ ਹੋ
ਲੇਕਿਨ ਇਹ ਕਿ ਇਤਨਾ ਸਾਹ ਵੀ ਨਹੀਂ ਕਿ ਨਾਲ ਇਤਨੀ ਜ਼ਿਆਦਾ ਗਰਮੀ ਹੈ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੈ ਤਾਂ ਉਸ ਤੱਕ ਜਿਹੜਾ ਕਿ ਅੱਪਰ ਜਿਹੜੇ ਬੰਦੇ ਨੇ ਇਹ ਵੀ ਨੱਕੇ ਪਰ ਬੈਠੇ ਹੋਏ ਤਾਂ ਕੁਝ ਬੰਦੇ ਹੋਣੇ ਅੱਗ ਸੁਹਾਣੇ ਸਹਾਏ ਸਨ ਲੇਕਿਨ ਇਹ ਅੱਗ ਜਿਹੜੀ ਇਹ ਲੱਗੀ ਹੈ ਕਿਸੇ ਬੰਦਾ ਸਹਿ ਸਕਣਾ ਇਹ ਬਹੁਤ ਮੁਸ਼ਕਿਲ ਹੈ ਸਹਾਉਣਾ ਇਸਕੀ ਸਾਨੂੰ ਤਕੀਰ ਸਾਹਿਬ ਹੁਣ ਤਾਂ ਇਹਨਾਂ ਕੋਲ ਪੁੱਛਦੇ ਹਾਂ ਮਜ਼ੀਦ ਇੱਥੇ ਕਿਹੜੀ ਕਿਹੜੀ ਚੀਜ਼ਾਂ ਨੁਕਸਾਨ ਜਿਹੜੀਆਂ ਇੱਥੇ ਹੋਏਗੀਆਂ ਹੋ ਸਕਣ ਤਕੀਰ ਸਾਹਿਬ ਸਲਾਮ ਅਲੈਕਮ ਕੀ ਹਾਲ ਹੈ ਠੀਕ ਹੋ ਨਾ ਮਾੜਾ ਭਰਾ ਕਹਿਣਾ ਕਿ ਕਿਹੜੀ ਕਿਹੜੀ ਚੀਜ਼ਾਂ ਨੁਕਸਾਨ ਹੋਏਗੀਆਂ ਹੋ ਸਕਣ ਜਨਾਬ ਤਿੱਤਰ ਤਿੱਤਰਾਂ ਨੇ ਬੱਚੇ ਹਿਰਨੀਆਂ ਨੇ ਬੱਚੇ ਜੀ ਜੀ ਮੋਰਾਂ ਨੇ ਬੱਚੇ ਜਨਾਬ ਇਹ ਨਿੱਕੇ ਨਿੱਕੇ ਕੀੜੇ ਪਤੀੜੇ ਜੋ ਜਾਨਾ ਜਿੰਨ ਪਰਿੰਦ ਸਭ ਸਪੁਰਦੇ ਖਾਕ ਹੋਈ ਆ ਤਾਂ ਜਿਹੜੇ ਬੰਦੇ ਅਗਲੇ ਉਸ ਬਾਰੇ ਕੋਈ ਕਿਆ ਆਉਣਾ ਚਾਹੁੰਦੇ ਹੋ ਉਸ ਬੰਦੇ ਨੇ ਬਾਰੇ 'ਚ ਮੈਂ ਕੁਝ ਬੜਾ ਜਿਹਾ ਪਾਉਣਾ ਚਾਹੁੰਦਾ ਅਤੇ ਲਿਹਾਜ਼ਾ ਇਹ ਛੂੰਟੀ ਤੋਂ ਕਬਰਸਤਾਨ ਕੋਲ ਅੱਗ ਸ਼ੁਰੂ ਹੋਈ ਹੈ ਇਸ ਪਾਸੋਂ ਮੁੜੀ ਹੈ ਆਪਣੇ ਨੱਕਿਆਂ ਆਪਣੇ ਫਿਰਨੀ ਫਿਰਨੀ ਇਸ ਟਾਈਮ ਪਲਾਣੇ ਨੱਕੇ ਪਰ ਅੱਗ ਪਹੁੰਚਦੀ ਪਈ ਹੈ ਜਿਸਰਾ ਹਵਾ ਚੱਲਣੀ ਪਈ ਹੈ ਉਸ ਤਰ੍ਹਾਂ ਅੱਗ ਤੇਜ਼ ਹੋਣੀ ਪਈ ਉਹ ਪਾਰ ਤੱਕੋ ਜਿਉਂ ਜਿਉਂ ਹਵਾ ਪੈਣੀ ਹੈ ਨਾ ਉਹ ਅੱਗ ਤੇਜ਼ ਹੋਣੀ ਹੈ ਇਤਨੀ ਅੱਗ ਸੀ ਕਿਉਂਕਿ ਅੱਗੇ ਮਜ਼ੀਦ ਅੱਗੇ ਹੋਰ ਵੀ ਜੰਗਲ ਕਾਫੀ ਹੈ ਥੈਂਕ ਯੂ ਤਕੀਰ ਸਾਹਿਬ ਜਿਸ ਰੁੱਖਾਂ ਦੀ ਹਵਾ ਸੀ ਨਾ ਜੀ ਜੀ ਉਸ ਰੁੱਖਾਂ ਦੀ ਅੱਗ ਅੱਗੇ ਤੇਜ਼ ਹੋਣੀ ਤੁਸੀਂ ਠੀਕ ਹੈ ਥੈਂਕ ਯੂ ਤਕੀਰ ਸਾਹਿਬ ਬਹੁਤ ਥੈਂਕ ਯੂ ਸਰ ਉਸ ਤੱਕ ਇਸ ਤਰ੍ਹਾਂ ਕਿ ਜਿਹੜਾ ਇਹ ਕਾਂ ਆ ਇਸ ਦੇ ਬੱਚੇ ਵੀ ਹੋਏ ਉਸ ਤੱਕ ਇਹ ਵੀ ਇੱਧਰ ਅੱਗੇ ਪਿੱਛੇ ਦੋਨਾਂ ਉੱਪਰ ਜੇ ਜਿਸ ਅੱਗ ਨਹੀਂ ਲੱਗੀ ਤਾਂ ਜੇ ਬਹਿ ਗਿਆ ਵੀ ਲੇਕਿਨ ਇਹ ਤਾਂ ਕਿਸੇ ਨੂੰ ਕਿਹਾ ਹਾਲਾਤ ਬਣੀ ਗਏ ਰਹਿਣਾ ਜੀ ਕੈਸੇ ਆ ਲੋਕ ਇੱਥੇ ਦਰਖਤ ਆਉਣੇ ਲਾਉਣਾ ਚਾਹੀਦਾ ਲੇਕਿਨ ਇਹ ਪੂਰਾ ਜਿਸ ਕਹਿੰਦੇ ਜੰਗਲ ਸਾੜੀ ਗਏ ਸਾਰਾ ਸਾ ਗਰਮੀ ਤੇ ਜ਼ਿਆਦਾ ਹੋਣੀ ਹੈ ਜਿਹੜੀ ਅੱਗ ਲੱਗਣੀ ਹੈ ਕਹਿ ਲਤ ਕੇ ਸਾਹਿਬ ਬਿਲਕੁਲ ਇਹਨਾਂ ਬੇਵਕੂਫਾਂ ਕੀ ਨਹੀਂ ਨਾ ਪਤਾ ਕਿ ਇਸ ਦੁਨੀਆ ਨਾਲ ਸਭ ਤੋਂ ਬੜਾ ਆਕਸੀਜਨ ਇਹਨਾਂ ਦਰਖਤਾਂ ਤੋਂ ਪੈਦਾ ਹੋਣਾ ਬਿਲਕੁਲ ਸਾਹ ਕਿੰਨੀ ਹੈ ਬਾਕੀ ਸੋ ਜਨਾਬ ਤੱਕ ਕਿਸੇ ਨੇ ਕਿ ਪੂਰਾ ਇਲਾਕਾ ਜਿਸ ਕਹਿਣਾ ਇਸ ਟਾਈਮ ਸੜੀ ਗਿਆ ਹੋਰ ਤਾਂ ਜ਼ਿਆਦਾ ਅਲਫਾਜ਼ ਤੱਕ ਹੋਣੀ ਮਾੜੇ ਕੋਲ ਸੋਪਣਾ ਪਰੋ ਕੇ ਦੱਸਾਂ ਲੇਕਿਨ ਇਹ ਕਿ ਬਹੁਤ ਦੁੱਖ ਹੋਣਾ ਪਿਆ ਕਿ ਇਸ ਟਾਈਮ ਅੱਗ ਜਿਹੜੀ ਹੈ ਪੂਰਾ ਇਲਾਕਾ ਜਿਸ ਕਹਿਣਾ ਸੜੀ ਗਿਆ ਜਿਸ ਕਹਿਣਾ ਕਿ ਤੱਕ ਹੀ ਸਕਦੇ ਹੋ ਬਾਕੀ ਅੱਗੇ ਆਵਾਮ ਜਿਹੜੀ ਨੱਕਿਆਂ ਪਰ ਸੀ ਉਹ ਅੱਗੇ ਨਿਕਲੀ ਗਈ ਹੈ ਪਲਾਣੀ ਪਸਾ ਵੀ ਤਾਂ ਇੱਥੇ ਜ਼ਿਆਦਾ ਅੱਗ ਬੰਦਾ ਸਹਾਈ ਤਾਂ ਨਹੀਂ ਸਕਣਾ ਲੇਕਿਨ ਇਸ ਉੱਪਰ ਪਰੰਕਾਰ ਤਾਂ ਇਨਸ਼ਾਅੱਲਾ ਅਗਰ ਬਸ਼ਰਤ ਹੈ ਜ਼ਿੰਦਗੀ ਦੀ ਤਾਂ ਪਲਾਣੀ ਪੂਰੀ ਕਿਤੇ ਅੱਜ ਉਸਾਂ ਉੱਥੇ ਵੀਡੀਓ ਸੇ ਬਣਾਈ ਦੱਸਾਂ ਪਲਾਣਾ ਏਰੀਆ ਵੀ
ਤਾਂ ਬਾਕੀ ਤਾਂ ਕਿਸੇ ਨੇ ਕਿ ਬਹੁਤ ਜ਼ਿਆਦਾ ਗਰਮੀ ਹੈ ਔਰ ਸੇਕ ਹੈ, ਇਸ ਤੋਂ ਬਾਅਦ ਸਾਹ ਬੰਦ ਹੋਣਾ ਪਿਆ, ਤਾਂ ਹੁਣ ਮੈਂ ਵੀ ਆਉਣਾ ਕਿ ਵਾਪਸ ਜੁਲਾਂ 'ਚ ਨਾ ਕਿ ਜ਼ਿਆਦਾ ਦੇਰ ਤੇ ਇੱਥੇ ਮੈਂ ਨਾ ਰਹਿ ਸਕਣਾ। ਬਾਕੀ ਤਾਂ ਕਿਸੇ ਨੂੰ ਕਿ ਪੂਰਾ ਜੰਗਲ ਇਸ ਟਾਈਮ ਜਿਸ ਬੰਦੇ ਸਾੜੀ ਛੋੜਿਆ ਕੁਛ ਹੈ, ਤਾਂ ਕਹਿ ਸਕਣਾ ਕਿ ਇਹ ਜਿਹੜਾ ਢਾਰੀ ਹੋਣੀ ਸੀ, ਉਸ ਤੋਂ ਬਾਅਦ ਇਹ ਨੀਚੇ ਥੱਲੇ ਕਸ ਹੋਣਾ ਸੀ। ਬੰਦ ਕੁਕੜੀਆਂ, ਉਸ ਤੋਂ ਬਾਅਦ ਮੋਰਾਂ ਨੇ ਬੱਚੇ ਛੇਚੇ, ਤਿੱਤਰਾਂ ਨੇ ਬੱਚੇ ਤੱਕੇ ਸਨ, ਇਧਰ ਬੜੇ ਕਿਹਾ ਸਾ ਕੁਕੜੀਆਂ ਪਾਰ ਕੜਕੜੀਆਂ ਸਨ, ਅੱਗੇ ਜਿਹੜਾ ਮੈਂ ਬੱਚੇ ਨਾਲ ਕੜਕੜੀਆਂ ਸਨ ਕੁਕੜੀਆਂ ਜੰਗਲੀ। ਅੱਛਾ ਬੰਦ ਕੁਕੜੀਆਂ ਇਧਰ ਰੋਲਾ ਪਾਇਆ, ਉਸ ਤੇ ਕਹਿਣਾ ਕਿ ਇਸ ਟਾਈਮ ਜੰਗਲ ਲੈ ਕੇ ਸਾਰਾ ਕਹਿਣਾ ਸੜੀ ਗਿਆ, ਸਾਰਾ ਸੜੀ ਗਿਆ। ਤਾਂ ਇਸ ਨਾਲ ਕੋਈ ਫਾਇਦਾ ਵੀ ਆਇਆ ਸੀ ਸਾਡੇ ਲਈ? ਆ ਫਾਇਦਾ ਇਹ ਹੋਇਆ ਕਿ ਬੱਚੇ ਜੈਸੇ ਨੁਕਸਾਨ ਦੂਣਾ ਬਦਵਾ ਲੱਗੀ ਰਿਹਾ ਉਸ ਬੰਦੇ ਕੀ। ਅੱਛਾ ਉਸ ਬੰਦੇ ਕਿਹੜਾ ਬਦਵਾ ਲੱਗੀ ਜਿਹੜਾ ਇਸ ਬੱਚੇ ਚਿੜੀਆਂ ਸੜੀ ਗਏ, ਮੋਰਾਂ ਨੇ? ਮੋਰਾਂ ਨੇ ਬੱਚੇ ਸੜੀ ਗਏ। ਤਾਂ ਤੁਸੀਂ ਅੱਗ ਸਾਣੇ ਸਾਇਸ ਹੋ ਇਧਰ? ਹਾਂ ਸਾਣੇ ਤੇ ਆਏ ਸਨ, ਤੇ ਸੇਕਾ ਹੀ ਖਲ ਨਹੀਂ ਹੋਣਾ। ਅੱਛਾ ਗਰ ਮੂੰਹ ਵੀ ਸੜਨਾ ਹੋ ਸੀ ਸੇਕਾ ਨਾਲ? ਮੂੰਹ ਵੀ ਸੜਨਾ ਸੇਕਾ। ਅੱਛਾ ਅੱਛਾ ਠੀਕ ਠੀਕ ਹੈ ਜਨਾਬ। ਚਾਚਾ ਰਾਏ ਸਨ ਵੀ ਅੱਗ ਸਾਣੇ ਸੇ ਲੈਕਣਾ ਕਿ ਅੱਗ ਤਾਂ ਬੜਾ ਚੜਾ, ਬੜਾ ਅਰੂਜ ਪੌੜੀ ਕੇ ਉਹ ਤਾਂ ਜਨਾਬ ਪਲਾਨ ਨੱਕਾ ਫਿਰੀ ਗਈ ਹੈ, ਅਸਾਂ ਉੱਥੇ ਪਹੁੰਚ ਹੀ ਨਹੀਂ ਸਕਣੇ। ਤਾਂ ਹੋਰ ਕੋਈ ਪੈਗਾਮ ਦੇ ਰਹੇ ਤੱਕਣੇ ਲਈ? ਹੋਰ ਪੈਗਾਮ ਕਹੀ ਹੈ, ਅੱਗ ਲੱਗੀ ਹੈ ਤਾਂ ਤੂੰ ਇਹਨਾਂ ਖਲ ਨਹੀਂ ਹੋਣਾ, ਪੈਗਾਮ ਕਹਿਆ ਹੋਰ। ਮਿਹਰਬਾਨ ਜੀ ਜਨਾਬ, ਤਾਂ ਕਿਸੇ ਨੇ ਕਿ ਬਿਲਕੁਲ ਤਬਾਹੀ ਪੱਟਣਗੀ, ਸਭ ਕੁਝ ਸਾਫ਼ ਸੁਥਰਾ ਸੀ। ਕਿਸੇ ਨੂੰ ਅਗਰ ਧੂੰਆਂ ਨਾ ਹੋਵੇ ਤਾਂ ਅਸੀਂ ਵਾਜ਼ਿਆ ਇਹ ਪੱਥਰ ਤੋਂ ਦਿਸਣੇ ਹੋ ਸਕਦਾ, ਲੇਕਿਨ ਇਹ ਕਿ ਵਾਜ਼ਿਆ ਅਸੀਂ ਕਲੀਅਰ ਦਿਸਣ ਕਿ ਜਨਾਬ ਥੱਲੋਂ ਪੱਥਰ ਕਿਆ ਮਿੱਟੀ ਵੀ ਨਜ਼ਰ ਅਛਣੀ ਪਈ ਹੈ। ਜਨਾਬ ਉਹ ਬੰਦੇ ਇਸ ਟਾਈਮ ਮੈਂ ਆਉਣਾ ਕੁੱਥੇ ਹਨ ਕਿ ਇਸ ਟਾਈਮ ਤਾਂ ਸ਼ਾਮ ਹੋਏਗੀ ਹੈ, ਤਾਂ ਮੈਂ ਦਿਹਾੜੀ ਵੀ ਗਿਆ ਸਾਂ, ਲੇਕਿਨ ਇਕੱਲਾ ਬੰਦਾ ਤਾਂ ਅੱਗ ਉੱਥੇ ਨਹੀਂ ਸਹਿ ਸਕਣਾ। ਇੱਥੇ 50-100 ਬੰਦਾ ਅਗਰ ਹੋਇਆ ਤਾਂ ਫਿਰ ਬੰਦਾ ਅੱਗ ਥੋੜ੍ਹੀ ਥੋੜ੍ਹੀ ਅੱਗ ਜਿਹੜੀ ਬੰਦਾ ਸਹਿ ਸਕਣਾ। ਮੈਂ ਰਹਿੰਦਾ ਜਿਹੜੇ ਬੰਦੇ ਕੁੱਥੇ ਹਨ ਜਿਹੜੇ ਮੁਜ਼ਫਰਾਬਾਦ ਗਏ ਸਨ, ਤਾਂ ਅੱਛੀ ਤਾਂ ਫੇਸਬੁੱਕ ਆਰ ਪੋਸਟਾਂ ਲਾਉਣਾ ਜੀ, ਅਸਾਂ ਮੁਜ਼ਫਰਾਬਾਦ ਗਏ ਹਾਂ। ਸੋ ਬੜਾ ਬੜਾ ਪਹਾੜ ਸਜੇ ਪੁੱਠਾ ਕਰ ਛੜਿਆ, ਇੱਥੇ ਬਾਹਰ ਨਿਕਲੋ, ਇਤਨੀ ਮੋਰਾਂ ਦੀ ਆਵਾਜ਼ ਅਛਣੀ ਪਈ ਹੈ, ਉਸ ਤੋਂ ਬਾਅਦ ਚਿੜੀਆਂ ਨੇ, ਉਸ ਤੋਂ ਬਾਅਦ ਖਰਗੋਸ਼ ਸਾਏ ਜਿਸ ਕੇ ਆਣੇ, ਉਸ ਤੋਂ ਬਾਅਦ ਜਿਹੜੀਆਂ ਬੰਦ ਕੁਕੜੀਆਂ ਹੋਏਗੀਆਂ, ਉਸ ਤੋਂ ਬਾਅਦ ਕਾਫੀ ਤਾਦਾਦ ਜਿਹੜੀ ਚੀਜ਼ਾਂ ਨੁਕਸਾਨ ਹੋ ਰਹੀਆਂ। ਇੱਥੇ ਬਾਹਰ ਨਿਕਲੋ, ਪਤਾ ਲੱਗਾ ਸੋਨਾ ਕਿ ਸੋਨਾ ਕਤਨੇ ਬੜੇ ਸੋਨਾ ਦਿਲ ਹੈ, ਤਾਂ ਕਤਨਾ ਬੜਾ ਸੋ ਜ਼ਿਕਰਾ। ਤਾਂ ਘਰ ਬੈਠਿਆ ਫੇਸਬੁੱਕ ਆਰ ਤਾਂ ਮੈਂ ਵੀਡੀਓ ਔਰ ਪੋਸਟ ਲਾ ਹੀ ਸਕਣਾ, ਲੇਕਿਨ ਇੱਥੇ ਬਾਹਰ ਨਿਕਲਣਾ ਸਭ ਤੋਂ ਬੜਾ ਮੁਸ਼ਕਲ ਕੰਮ ਹੈ। ਉਹਨੇ ਮਾੜੀ ਗੱਲ ਬੁਰੀ ਲੱਗੀ ਸੀ, ਮੈਂ ਇਸ ਮਾਰੇ ਵੀਡੀਓ ਦੁਬਾਰਾ ਬਣਾਉਣਾ ਪਿਆ। ਉਹ ਬਾਹਰ ਨਿਕਲੋ ਬੰਦੇ ਕੁੱਥੇ ਆ ਜਿਹੜੇ ਮਿਟਕਾ ਕਰਨੇ ਛੱਪੀ ਛੱਪੀ, ਇੱਥੇ ਬਾਹਰ ਅੱਛਾ ਤੱਕੋ ਸਾਰੇ ਜੰਗਲ ਨੇ ਕਿਹਾ ਹਾਲਾਤ ਬਣੀ ਗਏ। ਇਸ ਟਾਈਮ ਜਿਹੜਾ ਸਾਹ ਕਿੰਨਾ ਵੀ ਬੜਾ ਮੁਸ਼ਕਲ ਹੋਇਆ ਵਾ ਕਿ ਇਤਨੀ ਸਖਤ ਗਰਮੀ ਹੋਏਗੀ ਔਰ ਭੜਾਸ ਹੈ, ਲੇਕਿਨ ਇਹ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਚਿਮਟੀਆਂ ਸਣੀਆਂ ਪਈਆਂ ਹਨ, ਠੀਕ ਹੈ, ਦਿਹਾੜੀ ਨੇ ਅੱਗ ਲੱਗੀ ਵੀ ਹੈ, ਉਹ ਟੀਮਾਂ ਕੁਧਰ ਗਈਆਂ ਨਾ ਜਿਹੜੀਆਂ ਇੱਥੇ ਆਉਣੇ ਸਨ। ਅਸਾਂ ਮੀਟਿੰਗਾਂ ਕਰ ਸਾਂ ਤਾਂ ਅਸਾਂ ਇੱਕ ਟੀਮ ਬਣਾ ਸਾਂ, ਮੁਸ਼ਕਲ ਵਕਤ ਹੀ ਕੰਮ ਆਈ ਸੀ ਕਿਸੇ ਨੇ, ਕਿਆ ਮੁਸ਼ਕਲ ਇੱਕ ਵਕਤ ਹੀ ਕੰਮ ਆਈ ਸੋ, ਲੇਕਿਨ ਇਸ ਟਾਈਮ ਜਿਹੜਾ ਇਹ ਹਾਲਾਤ ਹੋਏ ਵੇ ਇਹ ਤੱਕਣੇ ਲੈਣ, ਖਾਲੀ ਬਈ ਤਾਂ ਘਰੋਂ ਤੱਕਣੇ ਖੁਸ਼ ਹੋਣੇ ਜੀ, ਅੱਗ ਲੱਗੀ ਤਾਂ ਬਾਅਦ ਲੱਕੜੀਆਂ ਬਣਾਈ ਤਾਂ ਦੱਸਾਂ ਮੈਂ ਨਾ ਸ਼ਰਮ ਆਸ਼ੀ ਜੀ ਇਹਨਾਂ ਬੰਦਿਆਂ ਕੀ, ਲੇਕਿਨ ਇੱਕ ਮਾੜੀ ਗੱਲ ਬੁਰੀ ਲੱਗੀ ਸੀ ਸਾਰਿਆਂ ਕੀ, ਤਾਂ ਲੰਘਣੀ ਰਿਹਾ ਮੈਂ ਡਰਨਾ ਕਿਸੇ ਕੋਲ ਕੋਲਾਂ, ਅੱਲਾ ਤੋਂ ਬਗੈਰ ਅੱਲਾ ਨਾ ਮਾਰਾ ਤਾਂ ਬੰਦਾ ਕਿਸੇ ਕੋਈ ਕੁਝ ਨਹੀਂ ਮਾਰ ਸਕਣਾ, ਲੇਕਿਨ ਇਹ ਕਿ ਇਹ ਹਾਲਾਤ ਸਾਰੇ ਜੰਗਲਾਂ ਨੇ, ਲੇਕਿਨ ਇਹ ਕਿ ਜਿਸ ਬੰਦੇ ਲਾਈ ਅੱਗ ਉਸਕੀ ਵੀ ਸ਼ਰਮ ਅਛਣੀ ਚਾਹੀਦੀ ਆ, ਵੀਡੀਓ ਜ਼ਿਆਦਾ ਸ਼ੇਅਰ ਕਰਿਆ। ਲੇਕਿਨ ਇਹ ਜਿਹੜੇ ਫੇਸਬੁੱਕਾਂ ਪੋਸਟਾਂ ਲਾਉਣੇ ਸਨ ਉਹਨੇ ਜ਼ਿਆਦਾ ਤਕਲੀਫ ਹੋ ਸੀ, ਲੇਕਿਨ ਇਹ ਹੁਣ ਪੋਸਟਾਂ ਲਾਓ ਨਾ ਅੱਛੋ ਨੇ, ਤਾਂ ਅੱਗ ਸਾਓ ਤਾਂ ਫਿਰ ਜਿਲਦਾ ਲਾਲ ਪੋਸਟ ਲਓ ਜੀ, ਅਸਾਂ ਅੱਗ ਸਾਣੇ ਸਾਏ ਹਾਂ ਤਾਂ ਚੰਗਾ ਕੰਮ ਕਰ ਲਈ ਹਾਂ, ਤਾਂ ਫਿਰ ਮੈਂ ਵੀ ਖੁਸ਼ ਹੋਵਾਂ ਤਾਂ ਅੱਲਾ ਵੀ ਤਾਂ ਖੁਸ਼ ਹੋ ਸੀ ਤੇਈ। ਲੇਕਿਨ ਇਹ ਕਿ ਰੈਦਾਨੇ ਆਵਾਮ ਕਿ ਮੈਂ ਦੁੱਖ ਨਾਲ ਆਖਣਾ ਪਿਆ ਕਿ ਇਤਨੇ ਜ਼ਿਆਦਾ ਨੌਜਵਾਨ ਜਿਹੜੇ ਘਰਾਂ ਘਰਾਂ ਛੱਪੇ ਹੋਏ ਨੇ ਇਸ ਟਾਈਮ ਤਾਂ ਜੰਗਲਾਂ ਦਾ ਕੋਲ ਹਾਲਾਤ, ਇਸ ਟਾਈਮ ਧੂੰਆਂ, ਉਸ ਤੋਂ ਬਾਅਦ ਬਹੁਤ ਜ਼ਿਆਦਾ ਇਸ ਕਹਿਣਾ ਕਿ ਜੰਗਲ ਸਾਰਾ ਸੜੀ ਚੁੱਕਿਆ। ਤਾਂ ਹੁਣ ਵੀ ਕਿ ਦਿਓ ਇਜਾਜ਼ਤ, ਨੈਕਸਟ ਵੀ ਲਾਜ਼ਮੀ ਇੰਤਜ਼ਾਰ ਕਰ ਸਕੋ।